खबर कपूरथला तो सामने आ रही है। तुम दस दिंदे कि जिथे एक पासे पूरा देश दिवाली दे त्यौहार की खुशी मना रहा है, उधर दूजे पासे दिवाली दे दिन कपूरथला दे एक पिंड दे विच परिवार गम दे विच डुबिया होया दिखाई दिता, क्योंकि पुर्तगाल दे विच लापता होए जरनैल सिंह दा परिवार पिछले 11 महीनों तो धक्के खाने लई मजबूर हो चुकिया है। उन्होंने ना तो पुर्तगाल पुलिस कुछ साफ साफ दसदी है, ना ही जरनैल सिंह दे नाल रहण वाली उसकी पत्नी। तो इधर 13 साल का बेटा 15 साल की बेटी का भी रो रो के बुरा हाल दिखाई दे रहा है। इस पूरे मामले के संबंध में जानकारी देंदे हुए की कहना सी परिवारिक मैंबरों का, आओ सुनाउंदे आ तुहानूं। ਜਿਹੜੇ ਕੀ ਨਾਮ ਬੇਟਾ ਤੁਹਾਡਾ ਔਰ ਕੀ ਗੱਲ ਹੋਈ ਸਾਰੀ ਇਹ ਦੱਸੋ ਮਾੜਾ ਜਿਹਾ। ਮੇਰਾ ਨਾਮ ਸੁਖਵਿੰਦਰ ਸਿੰਘ, ਮੇਰੇ ਫਾਦਰ ਦਾ ਨਾਮ ਜਰਨੈਲ ਸਿੰਘ, ਮੇਰੇ ਪਾਪਾ 10 ਸਾਲਾਂ ਤੋਂ ਪੁਰਤਗਾਲ ਦੇ ਵਿੱਚ ਪੱਕੇ ਸੀਗੇ ਅਤੇ ਹੁਣ ਮੈਂ 10 ਸਾਲ ਹੋ ਗਏ ਮੈਂ ਆਪਣੇ ਪਾਪਾ ਨੂੰ ਨਹੀਂ ਦੇਖਿਆ। ਮੈਂ ਉਦੋਂ 3 ਸਾਲਾਂ ਦਾ ਸੀ ਜਦੋਂ ਮੇਰੇ ਪਾਪਾ ਬਾਹਰ ਗਏ ਸੀ ਅਤੇ ਹੁਣ 11 ਮਹੀਨੇ ਹੋ ਗਏ ਆ ਮੈਂ ਆਪਣੇ ਪਾਪਾ ਨਾਲ ਗੱਲ ਨਹੀਂ ਕੀਤੀ ਅਤੇ ਹੁਣ ਪਹਿਲਾਂ ਤਾਂ ਵੀਡੀਓ ਕਾਲ 'ਤੇ ਜਾਂ ਪਾਪਾ ਦੀ ਫੋਟੋ ਵੇਖੀ ਸੀ ਅਤੇ ਹੁਣ 11 ਮਹੀਨੇ ਹੋ ਗਏ ਮੈਂ ਆਪਣੇ ਪਾਪਾ ਨੂੰ ਆਵਾਜ਼ ਵੀ ਨਹੀਂ ਸੁਣੀ ਮੈਂ ਆਪਣੇ ਪਾਪਾ ਜੀ ਦੀ। ਮੈਂ ਭਾਰਤ ਸਰਕਾਰ ਨੂੰ ਇਹ ਗੁਜ਼ਾਰਿਸ਼ ਕਰਦਾ ਵਾਂ ਕਿ ਮੇਰੇ ਪਾਪਾ ਮੈਨੂੰ ਮਿਲ ਜਾਣ, ਜੇ ਤੁਸੀਂ ਨਹੀਂ ਕੁਛ ਕਰ ਸਕਦੇ ਤਾਂ ਮੈਨੂੰ ਪਰਮਿਸ਼ਨ ਦੇ ਦਿਓ, ਮੈਂ ਆਪਣੇ ਪਾਪਾ ਨੂੰ ਆਪੇ ਪੁਰਤਗਾਲ ਜਾ ਕੇ ਮੈਂ ਉਹਨਾਂ ਦੀ ਭਾਲ ਕਰਾਂਗਾ ਅਤੇ ਆਪਣੇ ਪਾਪਾ ਨੂੰ ਮਿਲਾਂਗਾ। ਤੁਸੀਂ ਤਾਂ ਬਹੁਤ ਛੋਟੇ ਹੋ, ਤੁਸੀਂ ਤੁਹਾਡੀ ਉਮਰ ਕਿੰਨੀ ਹੈਗੀ ਆ? ਮੇਰੀ ਉਮਰ 13 ਸਾਲ ਜੀ। ਤੁਸੀਂ ਕਿੱਦਾਂ ਲੱਭੋਗੇ ਫਾਦਰ ਨੂੰ ਜੇ ਤੁਸੀਂ ਮੰਨ ਲਓ ਪੁਰਤਗਾਲ ਚਲੇ ਵੀ ਜਾਂਦੇ ਆ, ਕਿੱਦਾਂ ਲੱਭੋਗੇ? ਕਿਹੜੀ ਕਲਾਸ ਪੜ੍ਹਦੇ ਹੋ? ਮੈਂ 7th ਕਲਾਸ 'ਚ ਪੜ੍ਹਦਾ। ਸਕੂਲ ਜਾਂਦੇ ਹੋ? ਹਾਂਜੀ, ਉੱਥੇ ਵੀ ਜਾਂਦਾ, ਉੱਥੇ ਵੀ ਮੈਨੂੰ ਮੇਰੇ ਪਾਪਾ ਦੀ ਯਾਦ ਆਉਂਦੀ ਆ, ਜਦੋਂ ਘਰ ਆਉਂਦਾ ਪਾਪਾ ਦੀ ਯਾਦ ਆਉਂਦੀ ਆ। ਅਤੇ ਜੇ ਪੰਜਾਬ ਸਰਕਾਰ ਕੁਛ ਨਹੀਂ ਕਰ ਸਕਦੀ ਤਾਂ ਮੈਨੂੰ ਪਰਮਿਸ਼ਨ ਦੇ ਦੇਣ, ਮੈਂ ਆਪ ਜਾ ਕੇ ਪਾਪਾ ਨੂੰ ਲੱਭ ਸਕਦਾ। ਜੇ ਪਰਮਿਸ਼ਨ ਨਹੀਂ ਮਿਲਦੀ ਫਿਰ ਕੀ ਕਰੋਗੇ? ਫਿਰ ਮੈਂ ਭਾਰਤ ਸਰਕਾਰ ਨੂੰ ਇਹ ਗੁਜ਼ਾਰਿਸ਼ ਕਰਦਾ ਵਾਂ ਜੀ, ਜਾਂ ਤੁਸੀਂ ਆਪ ਹੀ ਲੱਭ ਕੇ ਦੇ ਦਿਓ, ਇੰਨਾ ਹੀ ਦੱਸ ਦਿਓ ਕਿ ਮੇਰੇ ਪਾਪਾ ਹੈਗੇ ਵੀ ਆ ਜਾਂ ਨਹੀਂ। 11 ਮਹੀਨੇ ਤੋਂ ਤੁਸੀਂ ਕੋਈ ਐਫਰਟਸ ਕੀਤੇ ਕਿ ਸਰਕਾਰ ਨੂੰ ਜਾਂ ਭਾਰਤ ਸਰਕਾਰ ਨੇ ਕੇਂਦਰ ਸਰਕਾਰ? ਹਾਂਜੀ, ਮੇਰੇ ਦਾਦਾ ਜੀ ਨੇ ਹੁਣ ਭਾਰਤ ਸਰਕਾਰ ਨੂੰ ਅਤੇ ਪੁਰਤਗਾਲ ਦੀ ਸਰਕਾਰ ਨੂੰ ਬਹੁਤ ਸਾਰੀ ਈਮੇਲਸ ਕੀਤੀਆਂ ਵਾ, ਪਰ ਉਹ ਕੋਈ ਜਵਾਬ ਨਹੀਂ ਦਿੰਦੇ। ਕਪੂਰਥਲਾ ਪੁਲਿਸ ਨੂੰ ਵੀ ਕੋਈ ਦਰਖਾਸਤ ਦਿੱਤੀ? ਹਾਂਜੀ, ਕਪੂਰਥਲਾ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਜੀ, ਅਤੇ ਹੁਣ ਉਹ ਵੀ ਅੱਗੋਂ ਕੁਛ ਨਹੀਂ ਸਾਨੂੰ ਦੱਸਦੇ। ਤੁਹਾਡੇ ਮਦਰ ਜਿਹੜੇ ਨੇ ਉਹ ਕਿੱਥੇ ਨੇ ਔਰ ਉਹ ਕਦੋਂ ਗਏ ਇੱਥੋਂ ਔਰ ਕੀ ਹਾਲਾਤ ਹੈ ਇਸ ਵੇਲੇ, ਕਿੱਥੇ ਨੇ ਮਦਰ ਤੁਹਾਡੇ? ਮੇਰੇ ਮਦਰ ਪੁਰਤਗਾਲ ਦੇ ਵਿੱਚ ਸੀਗੇ ਜਦੋਂ ਮੇਰੇ ਪਾਪਾ ਨੇ ਉਹਨਾਂ ਨੂੰ ਪੱਕੇ ਹੋ ਕੇ ਸੱਦ ਲਿਆ ਸੀ ਉੱਥੇ, ਅਤੇ 4 ਸਾਲ ਹੋ ਗਏ ਅਤੇ ਹੁਣ ਉਹ ਬਾਹਰ ਸੀਗੇ ਅਤੇ ਹੁਣ ਉਹ ਇੰਡੀਆ ਆਏ ਆ। ਮਿਲਣ ਆਏ ਤੁਹਾਨੂੰ? ਨਹੀਂ ਜੀ, ਸਾਨੂੰ ਨਹੀਂ ਮਿਲਣਾ। ਕਾਰਨ ਕੀ ਰਿਹਾ ਹੈਗਾ ਵਿੱਚ? ਕਾਰਨ ਉਹ ਹੁਣ ਬਸ ਸਾਨੂੰ ਮਿਲਣ ਨਹੀਂ ਆਏਗੇ ਉਹ, ਕਿਉਂਕਿ ਪਤਾ ਨਹੀਂ ਉਹਨਾਂ ਨੂੰ ਕੀ, ਉਹਨਾਂ ਨੇ ਜਦੋਂ 4 ਸਾਲ ਬਾਹਰ ਰਹੇ ਆ ਉਹਨਾਂ ਨੇ ਸਾਨੂੰ ਇੱਕ ਵੀ ਖਰਚਾ ਨਹੀਂ ਭੇਜਿਆ ਜੀ। ਜਦੋਂ ਇਹ ਘਟਨਾ ਹੋਈ ਹੈ ਤਾਂ ਰਾਤ ਫਿਰ ਅਸੀਂ ਉਹ ਇਹਨਾਂ ਨੂੰ ਫੋਨ ਲਾਉਂਦੇ ਰਹੇ ਹਾਂ, ਇਹਨਾਂ ਸਾਡਾ ਫੋਨ ਨੇ ਸਵੇਰੇ ਚੁੱਕਿਆ ਸਾਡਾ ਫੋਨ, ਉਹ ਜਰਨੈਲ ਸਿੰਘ ਵਾਲਾ ਨੰਬਰ ਚੁੱਕ ਕੇ ਸਾਨੂੰ ਕਹਿੰਦੇ ਜੀ ਉੱਤੇ ਸੁੱਤਾ ਤੁਹਾਡੀ ਕਰਾਉਂਦੇ ਹਾਂ ਗੱਲ, ਦੂਜੀ ਮੈਲ ਤੇ ਤੀਜੀ ਸੁੱਤਾ, ਇਹਨਾਂ ਸਾਡੀ ਗੱਲ ਨਹੀਂ ਕਰਾਈ। ਫਿਰ ਅਸੀਂ ਉੱਧਰਲੀ ਸਰਕਾਰ ਨੂੰ ਵੀ ਕਿਹਾ ਕਿ ਸਾਡਾ ਮੁੰਡਾ ਜਿਹੜਾ ਵੀ ਰਾਤ ਦਾ ਨਹੀਂ ਲੱਭਦਾ। ਅਗਲੇ ਦਿਨ ਵੀ ਫਿਰ ਅਸੀਂ ਭੱਜ ਨੱਸ ਕੀਤੀ ਏ, ਫਿਰ ਹੌਲੀ ਹੌਲੀ ਉੱਧਰ ਇਹਨੇ ਜਾ ਕੇ ਉੱਥੇ ਰਿਪੋਰਟ ਕੀਤੀ ਏ, ਅਤੇ ਰਿਪੋਰਟ ਉਹ ਲੈਂਦੇ ਨਹੀਂ ਇਹਦੇ ਕੋਲੋਂ, ਅਤੇ ਮੈਂ ਕਮੇਟੀ ਨੂੰ ਕਹਿ ਕੇ ਰਿਪੋਰਟ ਕਰਵਾਈ ਏ, ਦਰਬਾਰ ਸਾਹਿਬ ਦੀ ਕਮੇਟੀ ਨੂੰ ਉੱਧਰਲਾ ਨੰਬਰ ਲੈ ਕੇ ਰਿਪੋਰਟ ਕਰਵਾਈ ਏ, ਅਤੇ ਰਿਪੋਰਟ ਆਪਣੇ ਨਾਂ ਕਰਾ ਗਈ ਏ। ਉੱਦਣ ਮੈਂ ਸਿੱਧੀ ਰਿਪੋਰਟ ਕਰਾ ਲੈਂਦਾ ਅਤੇ ਮੈਨੂੰ ਇੰਨਾ ਰੋਲਾ ਨਹੀਂ ਸੀ ਪੈਣਾ, ਇਹਦੇ ਨਾਂ 'ਤੇ ਕਰਾਉਣੀ ਸੀ, ਮੈਂ ਆਪਣੇ ਨਾਂ 'ਤੇ ਕਰਾ ਕੇ ਇਹਨੂੰ ਫੜਾਉਂਦਾ। ਉੱਥੇ ਕਲੇਮ ਉੱਥੇ ਲਿਖਾਇਆ ਇਹਨੇ ਕਿ ਇਹ ਲਾਪਤਾ ਹੋ ਗਿਆ, ਅਤੇ ਇੱਥੇ ਆਖਣ ਡਈ ਕਿ ਇਹਨੇ ਜਰਮਨ ਵਿਆਹ ਕਰਾਇਆ, ਪੰਜਾਬ 'ਚ ਆਣ ਕੇ ਆਖਣ ਡਈ ਮੈਂ ਜਰਮਨ ਇਹਨੇ ਵਿਆਹ ਕਰਾਇਆ। ਉਹਦਾ ਕੋਈ ਸਬੂਤ ਦੇਵੇ ਸਾਨੂੰ? ਸਬੂਤ ਕੋਈ ਦੇ ਨਹੀਂ ਰਹੀ ਸਾਨੂੰ। ਹੁਣ ਸ਼ੱਕ ਕੀ ਹੈ ਤੁਹਾਨੂੰ, ਕੀ ਲੱਗਦਾ, ਕੀ ਹਾਲਾਤਾਂ ਤੋਂ ਕੀ ਲੱਗਦਾ, ਕੀ ਹੈ ਤੁਹਾਡਾ ਬੇਟਾ ਕਿੱਥੇ ਹੈ? ਸਾਨੂੰ ਇਸ ਵੇਲੇ ਇਹ ਲੱਗਦਾ ਵੀ ਜਾਂ ਤਾਂ ਇਹਨੇ ਗਵਾਹ ਕਰ ਦਿੱਤਾ ਅਤੇ ਜਾਂ ਇਹਨੇ ਮਾਰ ਦਿੱਤਾ। ਸਾਨੂੰ ਹੁਣ ਇਹ ਸ਼ੱਕ ਹੈ, ਸਾਨੂੰ ਅਜੇ ਤਾਈਂ ਕੋਈ ਪਤਾ ਨਹੀਂ ਲੱਗ ਰਿਹਾ ਵੀ ਸਾਡਾ ਮੁੰਡਾ ਕਿੱਥੇ ਹੈ ਕਿੱਥੇ ਨਹੀਂ। ਸਾਨੂੰ ਕੋਈ ਸਬੂਤ ਦਿੱਤਾ ਜਾਵੇ, ਅਸੀਂ ਇੱਧਰਲੀ ਵੀ ਥਾਣੇ ਨੂੰ ਰਿਪੋਰਟ ਕੀਤੀ ਹੈ, ਸਾਨੂੰ ਅੱਜ 21 ਦਿਨ ਹੋ ਗਏ ਨੇ ਰਿਪੋਰਟ ਕੀਤੀ ਨੂੰ, ਸਾਡੀ ਇੱਥੇ ਕੋਈ ਸੁਣਾਈ ਨਹੀਂ ਹੋ ਰਹੀ। ਸਰ, ਮੇਰਾ ਨਾਮ ਜੈਸਮੀਨ ਕੌਰ ਆ, ਮੇਰੇ ਪਾਪਾ ਨੂੰ 11 ਮਹੀਨੇ ਹੋ ਗਏ ਆ ਨਹੀਂ ਲੱਭਦੇ ਪਏ, ਲਾਪਤਾ ਆ, ਅਤੇ ਮੇਰੇ ਪਾਪਾ ਨੂੰ 10 ਸਾਲ ਹੋ ਗਏ ਬਾਹਰ ਗਿਆ ਨੂੰ, ਅਤੇ ਉੱਧਰ ਜਦੋਂ ਪੱਕੇ ਹੋ ਗਏ ਫਿਰ ਮੇਰੇ ਪਾਪਾ ਨੇ ਮੰਮਾ ਨੂੰ ਸੱਦ ਲਿਆ ਸੀਗਾ। ਕਿੰਨੇ ਸਾਲ ਦੇ ਸੀ ਤੁਸੀਂ ਜਦੋਂ ਫਾਦਰ ਤੁਹਾਡੇ ਬਾਹਰ ਗਏ? ਮੈਂ 5 ਸਾਲਾਂ ਦੀ ਸੀ। ਦੇਖਿਆ ਸੀ ਕਦੇ ਫਾਦਰ ਨੂੰ? ਚੇਤਾ ਨਹੀਂ, ਮੈਂ ਵੇਖਿਆ ਹੋਊਗਾ ਪਰ ਮੈਨੂੰ ਚੇਤਾ ਨਹੀਂ ਹੈਗਾ। ਤੇ ਹੁਣ ਕਿੱਦਾਂ ਫਿਰ ਫਾਦਰ ਨੂੰ ਕਿੱਦਾਂ ਮਿਲਦੇ ਸੀਗੇ?
ਮੈਂ ਵੀਡੀਓ ਕਾਲ ਤੇ ਵੇਖਦੀ ਸੀਗੀ ਪਾਪਾ ਨਾਲ ਗੱਲ ਕਰਦੀ ਹੁੰਦੀ ਸੀ ਕੀ ਕਹਿੰਦੇ ਹੁੰਦੇ ਸੀ ਬਸ ਹਾਲ ਚਾਲ ਪੁੱਛਦੇ ਹੁੰਦੇ ਸੀ ਕਿਸੇ ਚੀਜ਼ ਦੀ ਲੋੜ ਨਹੀਂ ਏਦਾਂ ਪੁੱਛਦੇ ਹੁੰਦੇ ਸੀ ਤੇ ਕਿੰਨੇ ਚਿਰ ਤੋਂ ਹੁਣ ਤੁਸੀਂ ਉਹਨਾਂ ਦੀ ਆਵਾਜ਼ ਨਹੀਂ ਸੁਣੀ 11 ਮਹੀਨੇ ਤੋਂ ਦਿਲ ਨਹੀਂ ਕਰਦਾ ਕਿ ਦੱਸਿਆ ਨਹੀਂ ਕਿਸੇ ਨੂੰ ਕਿ ਹਾਂ ਵੀ ਮੈਂ ਮਿਲ ਕੇ ਨਹੀਂ ਖਾ ਲੈਂਦਾ ਮੈਂ ਮਿਲਣਾ ਚਾਹੁੰਦੀ ਹਾਂ ਸਰਕਾਰ ਨੂੰ ਕਿਹਾ ਸਰਕਾਰ ਨੇ ਸੁਣਿਆ ਨਹੀਂ ਸਰਕਾਰ ਕੋਈ ਨਹੀਂ ਸੁਣਦੀ ਨਾ ਬਾਹਰਲੀ ਨਾ ਇੱਧਰਲੀ ਭਾਰਤ ਸਰਕਾਰ ਨੂੰ ਲਿਖਿਆ ਸੀ ਆ ਸਾਡੇ ਵੱਲੋਂ ਕੋਈ ਚਿੱਠੀ ਪੱਤਰ ਗਿਆ ਹੋਵੇ ਕਿਸੇ ਨੂੰ ਮਿਲੇ ਹੋ ਵਿਦੇਸ਼ ਮੰਤਰੀ ਨੂੰ ਕਿਸੇ ਨੂੰ ਹਾਂਜੀ ਤਦੂ ਨੇ ਈਮੇਲਸ ਕੀਤੀਆਂ ਸਾਰਿਆਂ ਨੂੰ ਉਧਰ ਬਾਹਰਲੀ ਮੈਸੀ ਨੂੰ ਵੀ ਇੱਧਰਲੀ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੇ ਕੋਈ ਮਦਦ ਕੀਤੀ ਹੋਵੇ ਜਾਂ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਮਦਦ ਕੀਤੀ ਸਾਡੀ ਪੁਲਿਸ ਨੇ ਇੱਧਰਲੀ ਪੁਲਿਸ ਜਾਂ ਉੱਧਰਲੀ ਪੁਲਿਸ ਕਿਸੇ ਨੇ ਨਹੀਂ ਮਦਦ ਕੀਤੀ ਨਾ ਸਾਡੀ ਸੁਣਾਈ ਨਹੀਂ ਹੁੰਦੀ ਸਾਡੀ ਕੋਈ ਵੀ ਕੀ ਚਾਹੁੰਦੇ ਕਿ ਉਹ ਤੁਹਾਡੇ ਫਾਦਰ ਕਿੱਦਾਂ ਮਿਸਿੰਗ ਹੋਏ ਕੋਈ ਪਤਾ ਹੈ ਤੁਹਾਨੂੰ ਕੁਝ ਕਿਉਂ ਹੋਇਆ ਸੀਗੇ ਮੇਰੇ ਮੰਮਾ ਲੜਾਈ ਕਰਦੇ ਹੁੰਦੇ ਸੀ ਪਾਪਾ ਨਾਲ ਇਸ ਲਈ ਮੰਮਾ ਨੇ ਚੁਕਾ ਦਿੱਤਾ ਉਹਨਾਂ ਨੂੰ ਤੁਸੀਂ ਮੰਮਾ ਕੋ ਆਪਣੇ ਪੁੱਛਿਆ ਨਹੀਂ ਕਿੱਥੇ ਫਾਦਰ ਇਹੀ ਪੁੱਛਦੇ ਉਹ ਕਹਿੰਦੇ ਆਣ ਕੇ ਲੱਭ ਲਓ ਸਾਨੂੰ ਨਹੀਂ ਪਤਾ ਹੈਗਾ ਇੱਦਾਂ ਕਹਿੰਦੇ ਅੱਗੋਂ ਕੀ ਚਾਹੁੰਦੇ ਤੁਸੀਂ ਸਰਕਾਰ ਤੋਂ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਕੀ ਚਾਹੁੰਦੇ ਸਾਨੂੰ ਨਿਆਂ ਚਾਹੀਦਾ ਹੈ ਜੇ ਸਾਨੂੰ ਉਹ ਨਹੀਂ ਲੱਭ ਕੇ ਦੇ ਸਕਦੇ ਸਾਨੂੰ ਪਰਮਿਸ਼ਨ ਦੇਣ ਨਹੀਂ ਆਪ ਲੱਭ ਲਾਂਗੇ ਜਾ ਕੇ ਕਿੰਨੇ ਚਿਰ ਤੋਂ ਤੁਹਾਡੇ ਫਾਦਰ ਨੂੰ ਤੁਸੀਂ ਸੁਣਿਆ ਨਹੀਂ ਹੈਗਾ ਔਰ ਕੋਈ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿ ਹਾਂ ਵੀ ਉਹਨਾਂ ਫੋਨ ਤੇ ਟਰਾਈ ਕੀਤਾ ਨੰਬਰ ਤੇ ਹਾਂਜੀ ਕਰਦੇ ਹੀ ਪਰ ਨਹੀਂ ਕੋਈ ਉਧਰ ਪੁਲਿਸ ਵਾਲਿਆਂ ਕੋਲ ਫੋਨ ਇਸ ਲਈ ਨਹੀਂ ਚੱਕਦੇ ਹੈਗੇ ਫਾਦਰ ਦਾ ਫੋਨ ਪੁਲਿਸ ਵਾਲਿਆਂ ਕੋਲ ਹਾਂਜੀ ਤੇ ਲਾਸਟ ਟਾਈਮ ਤੁਹਾਡੀ ਕਦੋਂ ਫਾਦਰ ਨਾਲ ਗੱਲ ਹੋਈ ਸੀ ਪਹਿਲੇ ਮਹੀਨੇ ਦੀ 10 ਤਰੀਕ ਨੂੰ ਹੋਈ ਸੀਗੀ ਕੀ ਕਿਹਾ ਸੀ ਉਹਨਾਂ ਨੇ ਬਸ ਹਾਲ ਚਾਲ ਪੁੱਛਿਆ ਸੀਗਾ ਫਿਰ ਹਨਾ ਪਾਪਾ ਕਹਿੰਦੇ ਕਿ ਚੀਜ਼ ਦੀ ਲੋੜ ਤੇ ਨਹੀਂ ਪੈਸੇ ਦੀ ਲੋੜ ਤੇ ਨਹੀਂ ਅਸੀਂ ਕਿਹਾ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਹੈ ਕਿ ਤੁਸੀਂ ਆ ਜਾਓ ਬਸ ਫਿਰ ਹੁਣ ਪੈਸੇ ਕਿੱਥਾਂ ਤੁਹਾਡਾ ਚੱਲਦਾ ਖਰਚਾ ਕਿੱਦਾਂ ਚੱਲਦਾ ਉਹ ਵਾਈ ਕਰਦੇ ਤਾਂ ਕਰਕੇ ਸਾਡਾ ਖਰਚ ਚੱਲਦਾ ਹੈ